जस पंजाबी देखते सारे दर्शकों मेरे वालों प्यार भरी सत श्री अकाल एंड तुहाडा स्वागत प्रोग्राम लॉ गाइड दे विच विद अटर्नी जसप्रीत सिंह फ्रॉम कैलिफोर्निया। सब तो पहले मैं स्वागत करना चाहवांगी जसप्रीत सिंह अटर्नी एट लॉ जो सानू कैलिफोर्निया तो ज्वाइन करे। जसप्रीत जी तुहाडा प्रोग्राम दे विच स्वागत ते सत श्री अकाल। जसप्रीत जी तुसी हर हफ्ते साडे नाल इस प्रोग्राम विच बिल्कुल लाइव जुड़ दो ताकि आपां ना के सिर्फ जो करंट इवेंट्स हन उन्हां दे बारे जानकारी लोकां नाल शेयर कर सकन बट थोड़ी जी उन्हां नूं होर डीपली गहराई नाल दस सकन कि किस तरह जो लॉ विच वख-वख नवी चीज़ां इंट्रोड्यूस हो रही हैं या जो उन्हां दी हिस्टोरिकल बैकग्राउंड है वह की मायने रखती है खास करके जो साडी कम्यूनिटी विच मसले सब तो ज़्यादा इंपोर्टेंट हैं। तो सब तो पहले आई थिंक अपडेट्स नाल शुरू करते हैं। काफ़ी सारी चीज़ा जदों तक आप लास्ट वीक गल की सी उस टाइम विच नवी हैडलाइनस बन के निकली हैं। सो मैं तुहानू दरख्वास्त करांगी कि सब तो पहले साडे व्यूअर्स नाल तुसी वक वक जो अपडेट्स लीगल फील्ड विच निकली हैं वो प्लीज़ शेयर करो। हाँ जी, एक तो यह अपडेट है जी कि जिहड़े USCIS दे ऑफिसेज ने जिथे कि इंटरव्यू हुंदी है सिटीजनशिप दी ग्रीन कार्ड दी वह सारे ओपन हो गए हैं जी। 4 जून तो उत्थे हुण इंटरव्यूज आउणियां शुरू हो जाणगियां जिन्हां दीआं कि रीस्कैड्यूल होईआं सी ते बायोमैट्रिक्स दे ऑफिस भी जिहड़े हैगे आ उह भी खुल जाणगे ते उह अपना थोड़ा जिहा सिस्टम बना रहे हैं जिवें सोशल डिस्टेंसिंग वगैरह दा कि किस तरह एप्लीकेंट्स नूं बुलाउणा ते उहनां दा किन्ना डिस्टेंस होऊगा ते ऑफिसर नाल किन्ना डिस्टेंस होऊगा। यह भी हैगी आ एक जिहड़ी प्रपोजल के ਜਿਹੜਾ ਆਫਿਸਰ ਆ ਹੋਰ ਕਮਰੇ 'ਚ ਹੋਵੇ ਤੇ ਐਪਲੀਕੈਂਟ ਤੇ ਉਹਦਾ ਵਕੀਲ ਹੋਰ ਕਮਰੇ 'ਚ ਹੋਵੇ ਤੇ ਉਹ ਵੀਡੀਓ ਕਾਨਫਰੈਂਸਿੰਗ ਤੇ ਗੱਲ ਹੋਵੇ ਇਸ ਤਰ੍ਹਾਂ, ਪਰ ਉਹ ਹੁੰਦੀ ਆ ਜਾਂ ਕਈ ਵਾਰੀ ਉਦਾਂ ਹੀ ਡਿਸਟੈਂਸ ਰੱਖ ਕੇ ਕਰ ਸਕਦੇ ਆ। ਸੋ ਵੀਲ ਸੀ ਜਦੋਂ ਇੰਟਰਵਿਊ ਤੇ ਜਾਵਾਂਗੇ। ਤੇ ਦੂਸਰਾ ਇਹ ਆ ਵੀ ਜਿਹੜੇ ਇਮੀਗ੍ਰੇਸ਼ਨ ਕੋਰਟਸ ਹੈਗੀਆਂ ਜਿੱਥੇ ਕਿ ਜ਼ਿਆਦਾਤਰ ਪੋਲੀਟੀਕਲ ਅਸਾਈਲਮ ਵਾਲਿਆਂ ਦੇ ਕੇਸ ਚੱਲਦੇ ਆ ਉਹ ਆਪਾਂ ਸਮੇਂ ਸਮੇਂ ਸਿਰ ਮਤਲਬ ਦੱਸਦੇ ਰਹੇ ਹਾਂ ਵੀ ਕੋਰਟਸ ਦੀਆਂ ਜਿਹੜੀਆਂ ਡੇਟਸ ਨੇ ਉਹ ਮਤਲਬ ਰੀਸਕੈਡਿਊਲ ਹੋ ਗਈਆਂ ਵੀ ਕੋਰਟਸ ਨੇ ਡੇਟਾ ਅੱਗੇ ਪਾ ਦਿੱਤੀਆਂ। ਸੋ ਜਿਹੜੇ ਨੌਨ ਡਿਟੇਨਡ ਕੇਸਿਸ ਨੇ ਉਹਦਾ ਮਤਲਬ ਹੈ ਵੀ ਜਿਹੜੇ ਬੰਦੇ ਬਾਹਰ ਆ ਜੇਲ੍ਹਾਂ 'ਚ ਨਹੀਂ ਹੈਗੇ ਉਹਨਾਂ ਦੀਆਂ ਜਿਹੜੀਆਂ ਹੀਅਰਿੰਗਸ ਨੇ ਉਹ 6 ਜੁਲਾਈ ਤੱਕ ਸਾਰੀਆਂ ਪੋਸਟਪੋਨ ਹੋ ਗਈਆਂ। ਚਾਹੇ ਕਿਸੇ ਦੀ ਮਾਸਟਰ ਡੇਟ ਆ ਕਿਸੇ ਦੀ ਇੰਡੀਵਿਜੁਅਲ ਜਿਹੜੀ ਫਾਈਨਲ ਉਹ ਆ ਤੇ ਕੋਰਟ ਦੇ ਵਿੱਚ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕਿਸੇ ਕਿਸਮ ਦੀ ਵੀ ਡੇਟ ਆ ਉਹ 6 ਜੁਲਾਈ ਤੱਕ ਪੋਸਟਪੋਨ ਹੋ ਗਈ ਆ। ਅੱਛਾ ਜੀ। ਤੇ ਕੁਛ ਕੋਰਟਾਂ ਜਿਹੜੀਆਂ ਨੇ ਉਹ 29 ਨੂੰ ਖੁੱਲੀਆਂ ਨੇ ਉਹਨਾਂ ਵਿੱਚ ਹੈਗੀ ਆ ਡੈਲਸ ਦੀ ਕੋਰਟ, ਹਾਰਟਫੋਰਡ ਕਨੈਟੀਕਟ ਦੀ, ਨਿਊ ਓਰਲੀਨਸ ਦੀ, ਬੋਸਟਨ ਦੀ ਤੇ ਉਹਦੇ ਨਾਲ ਲਾਸ ਵੇਗਸ 'ਚ ਇੱਦਾਂ ਦੀਆਂ 5-4 ਕੋਰਟਾਂ ਨੇ। ਪਰ ਜਿਹੜੇ ਜ਼ਿਆਦਾਤਰ ਵੱਡੇ ਸ਼ਹਿਰ ਨੇ ਜਿਸ ਤਰ੍ਹਾਂ ਕਿ ਜਿੱਥੇ ਆਪਣੇ ਪੰਜਾਬੀਆਂ ਦੀ ਵਸੋਂ ਜ਼ਿਆਦਾ ਹੈ ਜਿਵੇਂ ਕਿ ਨਿਊਯਾਰਕ ਹੋ ਗਿਆ, ਨਿਊ ਜਰਸੀ ਹੋ ਗਿਆ, ਉਦੋਂ ਬਾਅਦ ਕੈਲੀਫੋਰਨੀਆ ਹੋ ਗਿਆ, ਸੈਨ ਫਰਾਂਸਿਸਕੋ, ਲਾਸ ਏਂਜਲਸ ਜਾਂ ਸ਼ਿਕਾਗੋ ਹੋ ਗਿਆ, ਤੇ ਇਹ ਸਾਰੀਆਂ ਜਿਹੜੀਆਂ ਕੋਰਟਾਂ ਨੇ ਇਹ ਇਹਦੀਆਂ ਜਿੰਨੀਆਂ ਵੀ ਡੇਟਾਂ ਨੇ 6 ਜੁਲਾਈ ਤੱਕ ਉਹ ਸਾਰੀਆਂ ਪੋਸਟਪੋਨ ਹੋ ਗਈਆਂ ਤੇ ਉਹ ਡੇਟਾਂ ਦੁਆਰਾ ਇਹਨਾਂ ਨੂੰ ਮੇਲ 'ਚ ਆਉਣਗੀਆਂ। ਤੇ ਜਿਹੜੇ ਡਿਟੇਨਡ ਕੇਸਿਸ ਨੇ ਜੇਲ੍ਹਾਂ 'ਚ ਨੇ ਉਹਨਾਂ ਦਾ ਉਸੇ ਤਰ੍ਹਾਂ ਹੀ ਚੱਲ ਰਿਹਾ, ਉਹਦੇ 'ਚ ਇਹ ਜਿਹੜੀ ਹੈਗੀ ਆ ਮਤਲਬ ਹੀਅਰਿੰਗਸ ਹੋ ਰਹੀਆਂ ਨੇ ਤੇ ਇਹ ਆ ਜਿਹੜੀਆਂ ਲੇਟੈਸਟ ਅਪਡੇਟਸ ਆ ਜੀ। ਅਤੇ ਜਸਪ੍ਰੀਤ ਜੀ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕੁਛ ਆਪਣੇ ਵੱਖ ਵੱਖ ਜੋ ਸੁਪਰੀਮ ਕੋਰਟ ਨੂੰ ਲੈ ਕੇ ਵੱਡੀ ਹੈਡਲਾਈਨਸ, ਖਾਸ ਕਰਕੇ ਇੱਕ ਸੁਪਰੀਮ ਕੋਰਟ ਦੀ ਰੂਲਿੰਗ ਜੋ ਕੱਲ੍ਹ ਹੀ ਨਿਕਲੀ ਹੈ, ਅੱਜ ਐਂਡ ਕੱਲ੍ਹ ਵੱਡੀ ਨਿਊਜ਼ ਬਣ ਕੇ ਮਤਲਬ ਸਾਰੇ ਮੇਨ ਸਟ੍ਰੀਮ ਅਮੈਰੀਕਨ ਮੀਡੀਆ ਵਿੱਚ ਸੁਣਨ ਨੂੰ ਮਿਲ ਰਹੀ ਹੈ। ਥੋੜ੍ਹਾ ਜਿਹਾ ਸਾਨੂੰ ਦੱਸੋ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਕੀ ਹੈਗੀ, ਕੀ ਇਹ ਮਾਇਨੇ ਰੱਖਦੀ ਹੈ ਐਂਡ ਜਿੱਥੇ ਸਿਵਲ ਰਾਈਟਸ ਦੀ ਗੱਲ ਆਉਂਦੀ ਹੈ ਕਿਸ ਤਰ੍ਹਾਂ ਇਹ ਸਿਵਲ ਰਾਈਟਸ ਨੂੰ ਵਧਾ ਰਹੀ ਹੈ ਜਾਂ ਇੰਪੈਕਟ ਕਰਦੀ ਹੈ ਇਹ ਜੋ ਰੂਲਿੰਗ ਸੁਪਰੀਮ ਕੋਰਟ ਤੋਂ ਨਿਕਲੀ ਹੈ। ਸੁਪਰੀਮ ਕੋਰਟ ਦੇ ਵਿੱਚੋਂ 2 ਰੂਲਿੰਗਾਂ ਆ ਗਈਆਂ ਜੀ ਕੱਲ੍ਹ ਜਿਹੜੀ US ਸੁਪਰੀਮ ਕੋਰਟ ਤੋਂ ਆਈਆਂ ਨੇ ਜਿਹੜੀਆਂ ਕਿ ਬੜੀਆਂ ਇੰਪੋਰਟੈਂਟ ਨੇ ਤੇ ਉਹਨਾਂ ਨੂੰ ਜਿਹੜੇ ਮਤਲਬ ਕਹਿ ਲਓ ਵੀ ਲੋਕਾਂ ਦੇ ਹੱਕ 'ਚ ਨੇ। ਜਿਹੜੀ ਪਹਿਲੀ ਰੂਲਿੰਗ ਹੈਗੀ ਆ ਉਹ ਕੇਸ ਹੈਗਾ ਬੋਸਟੋਕ ਵਰਸਿਸ ਕਲੇਟਨ ਕਾਉਂਟੀ ਤੇ ਇਹ ਕੇਸ ਜਿਹੜਾ ਆ ਇਹ ਬੇਸਿਕਲੀ ਜਿਹੜੇ ਟਰਾਂਸਜੈਂਡਰ ਨੇ ਜਾਂ ਗੇ ਜਾਂ ਲੈਸਬੀਅਨਸ ਨੇ ਉਹਨਾਂ ਦੇ ਰਾਈਟਸ ਦੇ ਨਾਲ ਸੰਬੰਧ ਰੱਖਦਾ ਤੇ ਇਸ ਕੇਸ ਦੇ ਵਿੱਚ ਇਹ ਸੀ ਕਿ ਜੇ ਕੋਈ ਬੰਦਾ ਕੋਈ ਗੇ ਆ ਜਾਂ ਲੈਸਬੀਅਨ ਆ ਉਹ ਜੇ ਸੇਮ ਸੈਕਸ ਮੈਰਿਜ ਕਰ ਲੈਂਦੇ ਆ ਜਿਵੇਂ 2 ਬੰਦੇ ਆਪਸ 'ਚ ਵਿਆਹ ਕਰ ਲੈਂਦੇ ਨੇ ਜਾਂ 2 ਲੇਡੀਜ਼ ਆਪਸ 'ਚ ਕਰ ਲੈਂਦੀਆਂ ਤੇ ਉਹ ਸਟੇਟ ਦੇ ਵਿੱਚ ਅਲਾਊਡ ਆ ਕਿਉਂਕਿ ਜ਼ਿਆਦਾਤਰ ਸਟੇਟਾਂ ਦੇ ਵਿੱਚ ਇਸ ਕਿਸਮ ਦੀ ਮੈਰਿਜ ਅਲਾਊਡ ਆ ਤੇ
ਉਹਨਾਂ ਨੂੰ ਇਸ ਬੇਸ ਤੇ ਉਹਨਾਂ ਦੇ ਕੰਮ ਤੋਂ ਕੱਢ ਦਿੱਤਾ ਜਾਂਦਾ ਕਿ ਜੇ ਫਰਜ਼ ਕਰੋ ਅੱਜ ਉਹਨਾਂ ਨੇ ਵਿਆਹ ਕਰਾ ਲਿਆ ਤਾਂ ਹਫ਼ਤੇ ਬਾਅਦ ਜਾਂ ਅਗਲੇ ਦਿਨ ਉਹਨਾਂ ਨੇ ਕੰਮ ਵਾਲਿਆਂ ਨੇ ਕਹਿਤਾ ਵੀ ਅਸੀਂ ਨਹੀਂ ਤੁਹਾਨੂੰ ਰੱਖ ਸਕਦੇ ਕਿ ਤੁਸੀਂ ਇਹ ਕੰਮ ਠੀਕ ਨਹੀਂ ਕੀਤਾ ਵੀ ਅਸੀਂ ਤਾਂ ਬਹੁਤ ਜ਼ਿਆਦਾ ਸਾਡਾ ਰਿਲੀਜਨ ਇਹਨੂੰ ਅਲਾਉ ਨਹੀਂ ਕਰਦਾ ਤਾਂ ਉਹ ਕੀ ਉਹ ਵੈਲਿਡ ਹੈ ਕਿ ਨਹੀਂ ਤੇ ਸੁਪਰੀਮ ਜਿਹੜੀ ਇਹ ਕੇਸ ਪਹਿਲਾਂ ਥੱਲੇ ਡਿਸਟ੍ਰਿਕਟ ਕੋਰਟ ਚ ਗਿਆ ਡਿਸਟ੍ਰਿਕਟ ਕੋਰਟ ਨੇ ਕਿਹਾ ਵੀ ਬਿਲਕੁਲ ਡਿਸਕ੍ਰਿਮੀਨੇਸ਼ਨ ਹੈਗੀ ਹੈ ਵੈਲਿਡ ਨਹੀਂ ਹੈ ਕਿਉਂਕਿ ਜਿਹੜੀ ਬੰਦੇ ਦੀ ਪਰਸਨਲ ਲਾਈਫ ਹੈ ਉਹਦਾ ਉਹਦੇ ਕੰਮ ਨਾਲ ਕੋਈ ਲੈਣਾ ਦੇਣਾ ਨਹੀਂ ਤੁਸੀਂ ਇਸ ਕਰਕੇ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ ਕਿ ਇਹ ਕੋਈ ਮਤਲਬ ਟਰਾਂਸਜੈਂਡਰ ਹੈ ਜਾਂ ਗੇ ਹੈ ਜਾਂ ਲੈਸਬੀਅਨ ਹੈ ਈਵਨ ਰੇਸ ਤਾਂ ਪਹਿਲਾਂ ਹੀ ਸੀਗੀ ਵੀ ਤੁਸੀਂ ਰੇਸ ਦੀ ਬੇਸ ਤੇ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ ਕਿਸੇ ਦੀ ਫਿਜ਼ੀਕਲ ਅਪੀਅਰੈਂਸ ਤੇ ਵੀ ਇਹ ਬੰਦਾ ਛੋਟਾ ਹੈ ਜਾਂ ਮੋਟਾ ਹੈ ਜਾਂ ਕਾਲਾ ਇਹ ਨਹੀਂ ਕਰ ਸਕਦੇ ਤੇ ਤੁਸੀਂ ਏਜ ਦੀ ਬੇਸ ਤੇ ਵੀ ਨਹੀਂ ਕਰ ਸਕਦੇ ਵੀ ਟੂ ਓਲਡ ਆ ਜੇ ਉਹ ਕੰਮ ਠੀਕ ਕਰਦਾ ਜੇ ਉਹਦਾ ਕੰਮ ਠੀਕ ਨਹੀਂ ਹੈਗਾ ਵੀ ਫਰਜ਼ ਕਰੋ ਆਪਣੇ ਕੰਮ ਦੇ ਵਿੱਚ ਉਹ ਕੰਮ ਠੀਕ ਨਹੀਂ ਕਰਦਾ ਟਾਈਮ ਤੇ ਨਹੀਂ ਆਉਂਦਾ ਜਾਂ ਉਹ ਕੰਮ ਆਉਂਦਾ ਨਹੀਂ ਹੈਗਾ ਜੋ ਕਰ ਰਿਹਾ ਫਿਰ ਹੋਰ ਗੱਲ ਹੈ ਵੀ ਇਨਕੰਪੀਟੈਂਟ ਆ ਉਹ ਲੇਕਿਨ ਜੇ ਉਹ ਤੁਸੀਂ ਇਸ ਕਰਕੇ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਵੀ ਇਹ ਇੱਕ ਲੇਡੀ ਆ ਜਿਹਨੂੰ ਨਹੀਂ ਮੈਂ ਰੱਖਣਾ ਮੈਂ ਬੰਦਾ ਹੀ ਰੱਖਣਾ ਜਾਂ ਮੈਂ ਇਹ 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 ਬੰਦਾ ਜ਼ਿਆਦਾ ਮੋਟਾ ਇਹਨੂੰ ਨਹੀਂ ਰੱਖਣਾ ਜਾਂ ਇਹ ਓਲਡ ਜ਼ਿਆਦਾ ਤੇ ਇਹ ਲਾਅ ਬਣਿਆ ਹੋਇਆ 60s ਦਾ ਅੱਛਾ ਜੀ ਤੇ ਉਸ ਲਾਅ ਨੂੰ ਉਹਨਾਂ ਨੇ ਯਾਨੀ ਕਿ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਲਾਅ ਮਤਲਬ ਪਹਿਲਾਂ ਤਾਂ ਜਿਹੜੀ ਸੀਗੀ ਡਿਸਟ੍ਰਿਕਟ ਕੋਰਟ ਉਹਨੇ ਜਿਹੜੇ ਇਹ ਹੈਗੇ ਟਰਾਂਸਜੈਂਡਰ ਤੇ ਗੇ ਤੇ ਲੈਸਬੀਅਨ ਇਹਨਾਂ ਦੇ ਹੱਕ 'ਚ ਕੀਤਾ ਕੇਸ ਉਦੋਂ ਬਾਅਦ ਜਿਹੜਾ ਹੈਗਾ ਸਰਕਾਰ ਨੇ ਅੱਗੇ ਅਪੀਲ ਕਿਉਂਕਿ ਜਿਹੜੀ ਟਰੰਪ ਦੀ ਐਡਮਿਨਿਸਟ੍ਰੇਸ਼ਨ ਸੀ ਸਰਕਾਰ ਸੀ ਉਹ ਇਹਦੇ ਖਿਲਾਫ ਸੀ ਉਹ ਮਤਲਬ ਚਾਹੁੰਦੀ ਸੀ ਕਿ ਇਹ ਜਿਹੜੀ ਸੁਪਰੀਮ ਕੋਰਟ ਆ ਉਹ ਇਹਦੇ ਅਗੇਂਸਟ ਰੂਲ ਕਰੇ ਤੇ ਕਿਉਂਕਿ ਇਹ ਜਿਹੜਾ ਹੈਗਾ ਰਿਲੀਜਨ ਨੂੰ ਮਤਲਬ ਵਾਇਲੇਟ ਕਰਦਾ ਪਰ ਸੁਪਰੀਮ ਕੋਰਟ ਨੇ ਕਿਹਾ ਵੀ ਡਿਸਟ੍ਰਿਕਟ ਕੋਰਟ ਦਾ ਫੈਸਲਾ ਠੀਕ ਹੈ ਵੀ ਜਿਹੜਾ ਉਹ 60s ਦਾ ਲਾਅ ਹੈਗਾ ਕਿ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ ਕਿਸੇ ਵੀ ਤਰ੍ਹਾਂ ਦੀ ਉਹ ਇਹ ਤੇ ਲਾਗੂ ਹੁੰਦੀ ਆ ਕਿਉਂਕਿ ਜਿਹੜੀ ਇਹ ਜੈਂਡਰ ਬੇਸਡ ਹੈਗੀ ਆ ਡਿਸਕ੍ਰਿਮੀਨੇਸ਼ਨ ਵੀ ਕੋਈ ਹੋਮੋਸੈਕਸੁਅਲ ਆ ਕੋਈ ਟਰਾਂਸਜੈਂਡਰ ਆ ਕੋਈ ਕੁਛ ਆ ਇਹ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ ਕੰਮ ਦੀਆਂ ਜਿਹੜੀਆਂ ਵਰਕ ਪਲੇਸਿਸ ਨੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਤੁਸੀਂ ਕਿਸੇ ਨੂੰ ਇਸ ਕਰਕੇ ਆਪਣੇ ਕੰਮ ਤੋਂ ਨਹੀਂ ਕੱਢ ਸਕਦੇ ਜਾਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਵੀ ਇਹ ਗੇ ਆ ਜਾਂ ਲੈਸਬੀਅਨ ਆ ਜਾਂ ਟਰਾਂਸਜੈਂਡਰ ਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ ਇਸ ਕਰਕੇ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਵੀ ਇਹ ਕੋਈ ਮਤਲਬ ਬਲੈਕ ਹੈ ਜਾਂ ਮੈਕਸੀਕਨ ਹੈ ਜਾਂ ਇਹ ਕੋਈ ਮਤਲਬ ਇਹਦੀ ਫਿਜ਼ੀਕਲ ਅਪੀਅਰੈਂਸ ਠੀਕ ਨਹੀਂ ਹੈਗੀ ਜਾਂ ਤੁਹਾਡੇ ਰਿਲੀਜਨ ਦਾ ਨਹੀਂ ਹੈਗਾ ਤੇ ਉਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈਗਾ ਇਹ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ ਤੇ ਉਹਨਾਂ ਨੇ ਉਹਨੂੰ ਅਪਹੋਲਡ ਕੀਤਾ ਜੋ ਕਿ ਬਹੁਤ ਵੱਡੀ ਜਿੱਤ ਆ ਇੱਥੇ ਜਿਹੜੇ ਕਿ ਸਿਵਲ ਰਾਈਟਸ ਦੇ ਜਿਹੜੇ ਹੱਕ ਦੇ ਬੰਦੇ ਨੇ ਜਾਂ ਜਿਹੜੇ ਗੇ ਤੇ ਲੈਸਬੀਅਨ ਜਾਂ ਟਰਾਂਸਜੈਂਡਰ ਨੇ ਉਹਨਾਂ ਵਾਸਤੇ ਬਹੁਤ ਵੱਡੀ ਇਹ ਜਿੱਤ ਹੈਗੀ ਸੁਪਰੀਮ ਕੋਰਟ ਦੀ ਖਾਸ ਕਰਕੇ ਜਿਹੜੀ ਇਹ ਸੁਪਰੀਮ ਕੋਰਟ ਆ ਜਿਹਨੂੰ ਕਿ ਸਮਝਿਆ ਜਾਂਦਾ ਵੀ ਬੜੀ ਇਹ ਮਤਲਬ ਕੰਜ਼ਰਵੇਟਿਵ ਹੈਗੀ ਆ ਤੇ ਇਹਦੇ ਜਿਹੜੇ ਜੱਜਸ ਨੇ ਉਹ ਜ਼ਿਆਦਾ ਲਿਬਰਲ ਨਹੀਂ ਹੈਗੇ ਜੀ ਲੇਕਿਨ ਉਹਨਾਂ ਨੇ ਇਹ ਕੀਤਾ ਇੱਕ ਤਾਂ ਇਹ ਆ एक सेकेंड बिफोर यू गो देयर जसप्रीत जी दूजी अपडेट तो पहले इतने मैं थोड़ा जा लाइक हिस्टोरिकल परस्पेक्टिव व्यूअर्स ले देना चाहती हूँ तुहानू इस चीज़ बारे पूरी जानकारी है जिथे हिस्टरी कंसर्न है लॉ की इस कंट्री विच तुसी इन्ने साल तो अपनी प्रैक्टिस नेशन वाइड तुहाडे ऑफिसिज हैं यू नो जो ये लॉ जो 60s का लॉ हैगा जिहदी तुसी मैनशन की जो सिविल राइट्स का लॉ बनया जिहदे राही ये हुण जजमेंट्स पास हो रही हैं ਇਹੀ ਲਾਅ ਇਸਤੇਮਾਲ ਹੋਇਆ ਸੀ ਆਪਣੀ ਕਮਿਊਨਿਟੀ ਵਿੱਚ ਜਦੋਂ ਸਾਡੇ ਕੁਛ ਕਮਿਊਨਿਟੀ ਮੈਂਬਰਸ ਭਾਵੇਂ ਉਹ ਆਰਮੀ ਵਿੱਚ ਜਾਂ ਲਾਅ ਇਨਫੋਰਸਮੈਂਟ ਵਿੱਚ ਆਪਣੇ ਸਿੱਖੀ ਸਰੂਪ ਨਾਲ ਸਰਵ ਕਰਨਾ ਚਾਹੁੰਦੇ ਸੀ ਉਹਦਾ ਕੋਈ ਹਿਸਟੋਰੀਕਲ ਕਨੈਕਸ਼ਨ ਹਾਂਜੀ ਕਿਉਂਕਿ ਇਹ ਜਿਹੜਾ ਲਾਅ ਹੈਗਾ ਇਹ ਬੜਾ ਬਰਾਡ ਆ ਇਹਦੇ ਵਿੱਚ ਇਹ ਆ ਵੀ ਜਿਹੜਾ ਕੋਈ ਵੀ ਇੱਥੇ ਅਮਰੀਕਾ ਦੇ ਵਿੱਚ ਹੈਗਾ ਤੇ ਉਹਨੂੰ ਇਸ ਬੇਸ ਤੇ ਤੁਸੀਂ ਡਿਸਕ੍ਰਿਮੀਨੇਟ ਜੇ ਉਹ ਅਦਰਵਾਈਜ਼ ਕੰਪੀਟੈਂਟ ਆ ਮਤਲਬ ਕਿਸੇ ਜੌਬ ਲਈ ਉਹ ਕੁਆਲੀਫਾਈ ਕਰਦਾ ਤੁਸੀਂ ਸਿਰਫ ਉਹਨੂੰ ਇਸ ਕਰਕੇ ਨਹੀਂ ਮਤਲਬ ਕਹਿ ਸਕਦੇ ਵੀ ਜਿਵੇਂ ਇਹਨੇ ਪੱਗ ਬੰਨੀ ਹੈ ਜੀ ਤੇ ਤੂੰ ਪੱਗ ਲਾ ਗਿਆ ਆਪਣੀ ਜਾਂ ਵਾਲ ਕਟਾ ਗਿਆ ਤਾਂ ਰੱਖਾਂਗੇ ਇਹ ਇਹ ਤੁਸੀਂ ਕਿਸੇ ਵੀ ਵਰਕ ਪਲੇਸ ਤੇ ਨਹੀਂ ਕਰ ਸਕਦੇ ਚਾਹੇ ਉਹ ਗਵਰਨਮੈਂਟ ਦੀ ਆ ਚਾਹੇ ਉਹ ਨਾਨ ਗਵਰਨਮੈਂਟ ਦੀ ਆ ਜਿਵੇਂ ਕੋਈ ਮਤਲਬ ਈਵਨ ਜਿਹੜਾ ਕੋਈ ਪ੍ਰਾਈਵੇਟ ਬਿਜ਼ਨਸ ਆ ਉਹ ਵੀ ਨਹੀਂ ਕਹਿ ਸਕਦਾ ਉਹ ਇਸ ਬੇਸ ਤੇ ਡਿਸਕ੍ਰਿਮੀਨੇਟ ਨਹੀਂ ਕਰ ਸਕਦਾ ਜੇ ਉਹ ਅਦਰਵਾਈਜ਼ ਕੁਆਲੀਫਾਈਡ ਆ ਪਰ ਜੇ ਉਹ ਕੁਆਲੀਫਾਈਡ ਹੀ ਹੈ ਨਹੀਂ ਜੌਬ ਲਈ ਜਿਵੇਂ ਕੋਈ ਬੰਦਾ ਡਾਕਟਰ ਬਣਨਾ ਚਾਹੁੰਦਾ ਤਾਂ ਉਹਦੇ ਕੋਲੇ ਲਾਇਸੈਂਸ ਹੀ ਹੈ ਨਹੀਂ ਜਾਂ ਡਿਗਰੀ ਹੈ ਨਹੀਂ MD ਦੀ ਤਾਂ ਉਹਨੂੰ ਤੁਸੀਂ ਨਹੀਂ ਰੱਖ ਸਕਦੇ ਜੀ ਪਰ ਜੇ ਉਹਦੇ ਕੋਲੇ ਸਾਰੀਆਂ ਸ਼ਰਤਾਂ ਹੈਗੀਆਂ ਤੇ ਉਹ ਬੰਦੇ ਕੋਲ MD ਦੀ ਡਿਗਰੀ ਵੀ ਹੈਗੀ ਆ ਉਹਦੇ ਕੋਲ ਲਾਇਸੈਂਸ ਵੀ ਹੈਗਾ ਉਹਨੇ ਐਗਜ਼ਾਮ ਵੀ ਸਾਰੇ ਕਲੀਅਰ ਕੀਤੇ ਆ ਤੇ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੂੰ ਪੱਗ ਬੰਨਦਾ ਇਸ ਕਰਕੇ ਤੈਨੂੰ ਨਹੀਂ ਰੱਖਣਾ ਸੋ ਇਹ ਇਹ ਮਤਲਬ ਸਾਰੀਆਂ ਮਿਨੋਰਟੀਜ਼ ਲਈ ਚਾਹੇ ਸਿੱਖ ਨੇ ਚਾਹੇ ਜਿਹੜੇ ਹੈਗੇ ਆ ਉਹ ਮੁਸਲਿਮਸ ਨੇ ਚਾਹੇ ਈਵਨ ਮਤਲਬ ਬਾਕੀ ਸਾਰੇ ਨੇ ਜਿਵੇਂ ਕਿ ਅਫਰੀਕਨ ਅਮਰੀਕਨ ਕਮਿਊਨਿਟੀ ਆ ਜਾਂ ਮੈਕਸੀਕਨ ਉਹ ਸਾਰਿਆਂ ਦੇ ਵਾਸਤੇ ਲਾਅ ਜਿਹੜਾ ਹੈਗਾ ਉਹ ਬੜਾ ਹੱਕ ਚ ਆ ਪੁਆਇੰਟ ਇੱਥੇ ਇਹ ਸੀਗਾ ਕਿ ਇਸ ਲਾਅ ਦੇ ਵਿੱਚ
ਜਿਹੜੇ ਇਹ ਟਰਾਂਸਜੈਂਡਰ ਤੇ ਹੋਮੋਸੈਕਸੁਅਲ ਨੇ ਇਹਨਾਂ ਬਾਰੇ ਨਹੀਂ ਲਿਖਿਆ ਕਿਉਂਕਿ ਜਦੋਂ 60s ਦੇ ਵਿੱਚ ਇਹ ਲਾਅ ਬਣਿਆ ਜੀ ਉਦੋਂ ਇਹ ਜਿਹੜੀਆਂ ਮਤਲਬ ਕੈਟਾਗਰੀ ਸੀਗੀਆਂ ਇਹ ਉਸ ਟਾਈਮ ਤੇ ਨਹੀਂ ਸੀਗੀਆਂ ਜੀ ਜੀ ਤੇ ਉਹ ਆਰਗੂ ਇਹ ਕਰ ਰਹੇ ਸੀ ਜਿਹੜੇ ਆਪੋਜ਼ਿਟ ਸਾਈਡ ਵਾਲੇ ਆ ਵੀ ਇਹ ਲਾਅ ਤਾਂ ਸਿਰਫ ਰਿਲੀਜੀਅਨ ਦੀ ਜਿਹੜੀ ਬੇਸ ਤੇ ਡਿਸਕ੍ਰਿਮੀਨੇਸ਼ਨ ਹੈਗੀ ਆ ਜਾਂ ਜਿਹੜੀ ਅੱਛਾ ਜੀ ਮਤਲਬ ਕਲਰ ਦੀ ਬੇਸ ਤੇ ਹੈਗੀ ਆ ਜਾਂ ਰੇਸ ਦੀ ਬੇਸ ਤੇ ਹੈਗੀ ਆ ਉਹ ਤੇ ਲਾਗੂ ਹੁੰਦਾ ਇਹਨਾਂ ਤੇ ਨਹੀਂ ਹੁੰਦਾ ਅੱਛਾ ਜੀ ਤੇ ਲੇਕਿਨ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਕਿਸੇ ਕਿਸਮ ਦੀ ਵੀ ਡਿਸਕ੍ਰਿਮੀਨੇਸ਼ਨ ਤੇ ਲਾਗੂ ਹੁੰਦਾ ਵੀ ਜਿਹੜੇ ਬੰਦੇ ਨਾਲ ਤੁਸੀਂ ਡਿਸਕ੍ਰਿਮੀਨੇਸ਼ਨ ਕਰਦੇ ਆ ਚਾਹੇ ਉਹ ਧਰਮ ਦੇ ਆਧਾਰ ਤੇ ਕਰਦੇ ਹੋ ਚਾਹੇ ਉਹਦੇ ਜਿਹੜਾ ਸਕਿਨ ਦਾ ਰੰਗ ਆ ਉਹਦੇ ਆਧਾਰ ਤੇ ਕਰਦੇ ਹੋ ਚਾਹੇ ਰੇਸ ਦੇ ਆਧਾਰ ਤੇ ਕਰਦੇ ਹੋ ਚਾਹੇ ਤੁਸੀਂ ਇਸ ਕਰਕੇ ਕਰਦੇ ਹੋ ਵੀ ਹੋਮੋਸੈਕਸੁਅਲ ਆ ਜਾਂ ਟਰਾਂਸਜੈਂਡਰ ਆ ਜਾਂ ਗੇ ਜਾਂ ਲੈਸਬੀਅਨ ਆ ਤੇ ਇਹ ਨਹੀਂ ਹੋ ਸਕਦੀ ਤੇ ਤੁਸੀਂ ਉਹਨੂੰ ਇਸ ਕਰਕੇ ਜੌਬ ਤੋਂ ਨਹੀਂ ਕੱਢ ਸਕਦੇ ਜਾਂ ਜੌਬ ਤੋਂ ਰੱਖਣ ਤੋਂ ਇਨਕਾਰ ਨਹੀਂ ਕਰ ਸਕਦੇ ਸੋ ਇਹ ਜੀ ਬਹੁਤ ਇੰਪੋਰਟੈਂਟ ਕੇਸ ਹੈਗਾ ਸਾਰੀਆਂ ਮਿਨੋਰਟੀਜ਼ ਲਈ ਜੀ ਜੀ ਐਬਸੋਲੂਟਲੀ ਜਸਪ੍ਰੀਤ ਜੀ ਹੋਰ ਜਾਣਕਾਰੀ ਇਸੇ ਤਰ੍ਹਾਂ ਆਪਾਂ ਡਿਸਕਸ ਕਰਦੇ ਰਹਾਂਗੇ ਇੱਥੇ ਇੱਕ ਛੋਟੀ ਜੀ ਬ੍ਰੇਕ ਲਈ ਰੁਕਦੇ ਹਾਂ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਇਹ ਪ੍ਰੋਗਰਾਮ ਬਿਲਕੁਲ ਲਾਈਵ ਆ ਰਿਹਾ ਕਨਵਰਸੇਸ਼ਨ ਇਸੇ ਤਰ੍ਹਾਂ ਜਾਰੀ ਰਹੇਗੀ ਬ੍ਰੇਕ ਤੋਂ ਉਸ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਲਾਅ ਗਾਈਡ ਲਾਈਵ ਵਿਦ ਜਸਪ੍ਰੀਤ ਸਿੰਘ ਅਟਰਨੀ ਐਟ ਲਾਅ ਜਸਪ੍ਰੀਤ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਹੈ ਤੁਸੀਂ ਸਾਡੇ ਨਾਲ ਹਮੇਸ਼ਾ ਇਸੇ ਤਰ੍ਹਾਂ ਜੁੜਦੇ ਹੋ ਹਰ ਹਫਤੇ ਐਂਡ ਸਾਨੂੰ ਨਾ ਕਿ ਸਿਰਫ ਜੋ ਲੀਗਲ ਫੀਲਡ ਵਿੱਚ ਵੱਖ ਵੱਖ ਅਪਡੇਟਸ ਆ ਰਹੀਆਂ ਨਿਊਜ਼ ਵਿੱਚ ਜੋ ਬਹੁਤ ਹੀ ਜ਼ਿਆਦਾ ਅੱਜ ਕੱਲ੍ਹ ਆ ਰਹੀਆਂ ਉਹਨਾਂ ਦੀ ਵੀ ਜਾਣਕਾਰੀ ਅਤੇ ਹੋਰ ਜੋ ਬੈਕਗਰਾਊਂਡ ਹਿਸਟੋਰੀਕਲ ਮਤਲਬ ਸਾਨੂੰ ਚੀਜ਼ਾਂ ਪਤਾ ਹੋਣੀ ਚਾਹੀਦੀ ਉਹਦੇ ਬਾਰੇ ਵੀ ਸਾਨੂੰ ਦੱਸਦੇ ਹੋ ਅਤੇ ਜਾਣ ਤੋਂ ਪਹਿਲੇ ਆਪਾਂ ਗੱਲ ਕਰ ਰਹੇ ਸੀ ਕਿ ਸੁਪਰੀਮ ਕੋਰਟ ਤੋਂ ਦੋ ਬਹੁਤ ਵੱਡੀ ਰੂਲਿੰਗਸ ਨਿਕਲੀਆਂ ਤੁਸੀਂ ਇੱਕ ਸਾਨੂੰ ਐਕਸਪਲੇਨ ਕੀਤੀ ਕਿ ਕਿਸ ਤਰ੍ਹਾਂ ਇਹ ਜੋ ਰੂਲਿੰਗ ਹੈ ਜੋ ਇੱਕ ਕੰਜ਼ਰਵੇਟਿਵ ਕੋਰਟ ਤੋਂ ਨਿਕਲੀ ਹੈ ਜਿਹਦੇ ਵਿੱਚ ਦੋ ਰੀਸੈਂਟਲੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਬਿਠਾਏ ਹੋਏ ਜੱਜਿਸ ਨੇ ਆਈ ਥਿੰਕ ਉਹਨਾਂ ਦੇ ਵਿੱਚ ਇੱਕ ਗੋਰਸਚ ਉਹਨੇ ਮਤਲਬ ਲੀਡਿੰਗ ਓਪੀਨੀਅਨ ਲਿਖਿਆ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਇੱਕ ਲਿਬਰਲ ਸਾਈਡ ਦੀ ਰੂਲਿੰਗ ਕੀਤੀ ਅਤੇ ਤੁਸੀਂ ਦੱਸਣ ਲੱਗੇ ਸੀ ਜੋ ਦੂਜੀ ਰੂਲਿੰਗ ਹੋਈ ਹੈ ਹਾਂਜੀ ਜਿਹੜੀ ਦੂਜੀ ਰੂਲਿੰਗ ਆ ਉਹ ਕੇਸ ਹੈਗਾ US ਵਰਸਸ ਕੈਲੀਫੋਰਨੀਆ ਤੇ ਇਹ ਕੇਸ ਇਹ ਸੀਗਾ ਕਿ ਕੈਲੀਫੋਰਨੀਆ ਨੇ ਇਹ ਕਿਹਾ ਵੀ ਜਿਹੜੀਆਂ ਸਾਡੀਆਂ ਸਟੇਟ ਦੇ ਵਿੱਚ ਜੇ ਕੋਈ ਬੰਦਾ ਅਨਡਾਕੂਮੈਂਟਡ ਆ ਜਿਹਨੂੰ ਆਪਾਂ ਕਹਿੰਦੇ ਆ ਵੀ ਇਲੀਗਲ ਆ ਜੀ ਉਹਦੇ ਖਿਲਾਫ਼ ਕੋਈ ਕ੍ਰਿਮੀਨਲ ਕੇਸ ਚੱਲਦਾ ਤੇ ਉਹ ਸਟੇਟ ਜਿਹੜੀ ਕ੍ਰਿਮੀਨਲ ਕੋਰਟ ਆ ਉਹਦੇ ਵਿੱਚ ਤਰੀਕਾ ਭੁਗਤਣ ਗਿਆ ਜਾਂ ਉਹਨੂੰ ਕੋਈ ਉੱਥੇ ਸੈਂਟੈਂਸ ਹੋਈ ਆ ਜਾਂ ਜੇਲ੍ਹ 'ਚ ਆ ਉਹਦੀ ਜਿਹੜੀ ਹੈਗੀ ਇਨਫੋਰਮੇਸ਼ਨ ਉਹ ਇਮੀਗ੍ਰੇਸ਼ਨ ਨੂੰ ਨਹੀਂ ਦਿੱਤੀ ਜਾਏਗੀ ਜੀ ਅੱਛਾ ਜੀ ਤੇ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਇਮੀਗ੍ਰੇਸ਼ਨ ਆ ਆਈਸ ਆ ਉਹ ਉਹਨੂੰ ਸਾਡਾ ਕੋਈ ਜਿਹੜਾ ਹੈਗਾ ਉਹ ਡਿਊਟੀ ਨਹੀਂ ਬਣਦੀ ਕਿ ਅਸੀਂ ਉਹਨਾਂ ਨੂੰ ਦੱਸੀਏ ਵੀ ਇਹ ਬੰਦਾ ਸਾਡੇ ਕੋਲ ਆ ਤੇ ਮੁੜ ਕੇ ਉਹ ਫੜ ਕੇ ਲੈ ਜਾਣ ਕਿਉਂਕਿ ਆਈਸ ਅੱਗੇ ਕੀ ਕਰਦੀ ਸੀ ਕਿ ਜੇ ਵੀ ਕਿਸੇ ਬੰਦੇ ਨੂੰ ਸਜ਼ਾ ਹੋ ਗਈ ਵੀ ਕਿਸੇ ਵੀ ਕ੍ਰਿਮੀਨਲ ਕੇਸ ਦੇ ਵਿੱਚ ਚਾਹੇ ਉਹ ਗ੍ਰੀਨ ਕਾਰਡ ਹੋਲਡਰ ਆ ਵੀ ਆ ਜਿਹਨੂੰ ਕੋਈ ਜ਼ਿਆਦਾ ਜਿਵੇਂ ਸਾਲ ਤੋਂ ਬਾਅਦ ਸਜ਼ਾ ਹੋਈ ਆ ਤੇ ਜਿਹਨੂੰ ਈਵਨ ਛੋਟੀ ਮੋਟੀ ਵੀ ਸਜ਼ਾ ਹੋਈ ਆ ਕਿਸੇ ਡਰੰਕ ਡਰਾਈਵਿੰਗ ਦੇ ਵਿੱਚ ਜਾਂ ਇਹੋ ਜਿਹੇ ਕੇਸਾਂ 'ਚ ਤੇ ਉਹਦੇ ਕੋਲੇ ਕੋਈ ਡਾਕੂਮੈਂਟਸ ਨਹੀਂ ਹੈਗੇ ਜਾਂ ਉਹਦੇ ਤੇ ਡੈਪੋਟੇਸ਼ਨ ਲੱਗੀ ਆ ਤਾਂ ਉਹ ਜਦੋਂ ਉਹਦੀ ਸਟੇਟ ਕੋਰਟ ਦੇ ਵਿੱਚ ਸਜ਼ਾ ਖਤਮ ਹੁੰਦੀ ਸੀਗੀ ਜਾਂ ਸਟੇਟ ਜੇਲ੍ਹ 'ਚ ਤਾਂ ਨਾਲ ਹੀ ਇਮੀਗ੍ਰੇਸ਼ਨ ਫੜ ਕੇ ਲੈ ਜਾਂਦੀ ਸੀ ਉਹਨੂੰ ਤੇ ਇਹਨਾਂ ਨੇ ਕੈਲੀਫੋਰਨੀਆ ਨੇ ਕੀਤਾ ਸੀ ਕਿਉਂਕਿ ਇਹ ਜਿਹੜੀ ਹੈਗੀ ਸੈਂਚੁਰੀ ਸਟੇਟ ਆ ਜਿਵੇਂ ਨਿਊਯਾਰਕ ਵੀ ਆ ਤੇ ਇਹਨਾਂ ਨੇ ਕਿਹਾ ਵੀ ਅਸੀਂ ਕੋਈ ਵੀ ਇਨਫੋਰਮੇਸ਼ਨ ਜਿਹੜੇ ਆਪਣੇ ਇਹੋ ਜਿਹੇ ਬੰਦਿਆਂ ਦੀ ਇਮੀਗ੍ਰੇਸ਼ਨ ਦੇ ਨਾਲ ਜਾਂ ਆਈਸ ਦੇ ਨਾਲ ਸਾਂਝੀ ਨਹੀਂ ਕਰਾਂਗੇ ਤੇ ਦੂਜਾ ਇਹਨਾਂ ਨੇ ਕਿਹਾ ਕਿ ਜਿਹੜੇ ਈਵਨ ਇੰਪਲੋਇਰਸ ਨੇ ਉਹਨਾਂ ਨੂੰ ਵੀ ਕੋਈ ਲੋੜ ਨਹੀਂ ਹੈਗੀ ਆਈਸ ਨੂੰ ਇਹ ਦੱਸਣ ਦੀ ਵੀ ਸਾਡੇ ਕੋਲੇ ਕੋਈ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਕੋਲੇ ਕੋਈ ਪੇਪਰ ਹੈ ਜਾਂ ਨਹੀਂ ਆ ਤੇ ਇਹ ਨੂੰ ਜਿਹੜਾ ਹੈਗਾ ਉਹ ਚੈਲੰਜ ਕੀਤਾ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਤੇ ਇਹ ਕੇਸ ਚੱਲਦਾ ਚੱਲਦਾ ਅੱਗੇ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੁਪਰੀਮ ਕੋਰਟ ਨੇ ਕੈਲੀਫੋਰਨੀਆ ਦੇ ਫੇਵਰ ਦੇ ਵਿੱਚ ਰੂਲ ਕੀਤਾ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਕੈਲੀਫੋਰਨੀਆ ਦਾ ਲਾਅ ਹੈ ਬਿਲਕੁਲ ਵੈਲਿਡ ਆ ਕਿ ਸਟੇਟ ਜਿਹੜੀ ਇੰਡੀਪੈਂਡੈਂਟ ਆ ਤੇ ਸਟੇਟ ਦੀ ਕੋਈ ਡਿਊਟੀ ਨਹੀਂ ਬਣਦੀ ਕਿ ਉਹ ਜਿਹੜੀ ਫੈਡਰਲ ਗਵਰਨਮੈਂਟ ਦੇ ਜਿਹੜੇ ਆਈਸ ਡਿਪਾਰਟਮੈਂਟ ਆ ਜਾਂ ਜਿਹੜਾ ਇਮੀਗ੍ਰੇਸ਼ਨ USCIS ਡਿਪਾਰਟਮੈਂਟ ਆ ਉਹਨਾਂ ਦੇ ਨਾਲ ਆਪਣੇ ਕਿਸੇ ਵੀ ਬੰਦੇ ਦੀ ਚਾਹੇ ਉਹ ਸਿਟੀਜ਼ਨ ਆ ਚਾਹੇ ਨਾਨ ਸਿਟੀਜ਼ਨ ਆ ਉਹਦੀ ਇਨਫੋਰਮੇਸ਼ਨ ਸ਼ੇਅਰ ਕਰ ਜੀ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਦੇ ਇਹਦੀ ਬਹੁਤ ਵੱਡੀ ਰਿਲੀਫ ਆ ਇਮੀਗ੍ਰੈਂਟਸ ਨੂੰ ਕਿਉਂਕਿ ਅੱਗੇ ਇਦਾਂ ਹੁੰਦਾ ਸੀ ਕਿ ਜੇ ਕਿਸੇ ਤੇ ਕੋਈ ਕ੍ਰਿਮੀਨਲ ਕੇਸ ਚੱਲਦਾ ਜਾਂ ਕੋਈ ਤਰੀਕ ਤੇ ਗਿਆ ਆਪਣੀ ਕ੍ਰਿਮੀਨਲ ਕੇਸ ਦੀ ਭੁਗਤਣ ਤੇ ਉਹਨੂੰ ਇਮੀਗ੍ਰੇਸ਼ਨ ਫੜ ਕੇ ਲੈ ਜਾਂਦੀ ਸੀ ਉੱਥੋਂ ਕੋਰਟ ਚੋਂ ਹੀ ਜਾਂ ਜੇਲ੍ਹ ਚੋਂ ਹੀ ਤੇ ਉਹ ਹੁਣ ਜਿਹੜੀ ਮਤਲਬ ਕੈਲੀਫੋਰਨੀਆ ਦੇ ਵਿੱਚ ਉਹਦੀ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਜਾਂਦੀ ਇਮੀਗ੍ਰੇਸ਼ਨ ਨਾਲ ਸੋ ਕਈ ਵਾਰੀ ਇਮੀਗ੍ਰੇਸ਼ਨ ਨੂੰ ਪਤਾ ਨਹੀਂ ਲੱਗਦਾ ਉਹ ਬੰਦਾ ਬਾਹਰ ਆ ਜਾਂਦਾ ਜੇਲ੍ਹ ਚੋਂ ਤੇ ਇਹ ਇਸ ਨੂੰ ਜਿਹੜੇ ਮਤਲਬ ਇਹ ਵੀ ਇੱਕ ਬੜੀ ਹੈਰਾਨੀ ਵਾਲਾ ਡਿਸੀਜਨ ਹੈਗਾ ਇਸ ਕੋਰਟ ਤੋਂ ਜਿਹਨੂੰ ਕਿ ਆਪਾਂ ਕਹਿੰਦੇ ਆ ਵੀ ਬੜੀ ਕੰਜ਼ਰਵੇਟਿਵ ਕੋਰਟ ਆ ਤੇ ਉਹਨੇ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਡਿਸੀਜਨ ਦਿੱਤਾ
ਤੇ ਬੜੀ ਓਵਰਵੈਲਮਿੰਗ ਮੈਜੋਰਟੀ ਨਾਲ ਦਿੱਤਾ, ਜਿਵੇਂ 7 ਜੱਜ ਇੱਕ ਪਾਸੇ 2 ਇੱਕ ਪਾਸੇ, ਜੀ ਤੇ ਉਹਨਾਂ ਨੇ ਕਿਹਾ ਵੀ ਇਹ ਸਟੇਟ ਦਾ ਰਾਈਟ ਹੈ ਜੋ ਮਰਜ਼ੀ ਕਰੇ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਮਤਲਬ ਸਟੇਟ ਤੇ ਜਿਹੜੀ ਫੈਡਰਲ ਗਵਰਨਮੈਂਟ ਦੀਆਂ ਜਿਹੜੀਆਂ ਪਾਵਰਸ ਨੇ ਉਹ ਬੜੀਆਂ ਕਲੀਅਰ ਆ। ਜੀ ਉਹ ਸਾਡੇ ਇੰਡੀਆ ਵਾਂਗੂ ਨਹੀਂ ਹੈਗੀਆਂ ਵੀ ਸੈਂਟਰਲ ਗਵਰਨਮੈਂਟ ਜੋ ਮਰਜ਼ੀ ਕਰ ਸਕਦੀ ਹੈ ਤੇ ਸਟੇਟਾਂ ਨੂੰ ਉਹਨੂੰ ਫਾਲੋ ਹੀ ਕਰਨਾ ਪੈਂਦਾ। ਜੀ ਇੱਥੇ ਜਿਹੜੇ ਸਟੇਟ ਦੇ ਆਪਣੇ ਜਿਹੜੇ ਹੈਗੇ ਆ ਰਾਈਟਸ ਨੇ ਜਾਂ ਆਪਣੀਆਂ ਪਾਵਰਸ ਨੇ ਤਾਂ ਫੈਡਰਲ ਗਵਰਨਮੈਂਟ ਦੀਆਂ ਆਪਣੀਆਂ ਨੇ। ਜੀ ਸੋ ਸਟੇਟ ਜੇ ਕੋਈ ਫੈਸਲਾ ਕਰਦੀ ਆ ਉਹ 'ਚ ਫੈਡਰਲ ਗਵਰਨਮੈਂਟ ਉੱਤੇ ਇਨਫੋਰਸ ਨਹੀਂ ਕਰ ਸਕਦੀ ਇਹਦਾ। ਜੀ ਇਹ ਤੁਸੀਂ ਬੜਾ ਹਾਂਜੀ ਇੰਪੋਰਟੈਂਟ ਪੁਆਇੰਟ ਸ਼ੇਅਰ ਕੀਤਾ ਵਿਊਅਰਸ ਲਈ ਕਿ ਇਸ ਮੁਲਕ ਵਿੱਚ ਇੱਕ ਤਰਫ ਸਟੇਟ ਤੇ ਇੱਕ ਤਰਫ ਫੈਡਰਲ ਜੋ ਨੈਸ਼ਨਲ ਗਵਰਨਮੈਂਟ ਹੈ ਉਹ ਵੱਖਰੀ ਚੀਜ਼ਾਂ ਦੇ ਖਿਲਾਫ ਲੜ ਸਕਦੇ ਹੈ ਅਤੇ ਦੇ ਕੈਨ ਕਮ ਟੂ ਡਿਫਰੈਂਟ ਕੰਕਲੂਜਨਸ। ਬਟ ਮੈਂ ਇੱਥੇ ਇਹ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਇਹ ਇਸ ਪਰਟੀਕੁਲਰ ਜੋ ਰੂਲਿੰਗ ਹੈਗੀ ਸੈਂਕਚੁਅਰੀ ਸਿਟੀਜ਼ ਜਾਂ ਸੈਂਕਚੁਅਰੀ ਸਟੇਟ ਜਿਸ ਤਰ੍ਹਾਂ ਤੁਸੀਂ ਸਾਨੂੰ ਦੱਸਿਆ, ਮਤਲਬ ਜਿੱਥੇ ਉਹਨਾਂ ਨੇ ਇੱਕ ਸੇਫ ਆਪਣੇ ਆਪ ਨੂੰ ਜਗ੍ਹਾ ਬਣਾਈ ਹੋਈ ਹੈ, ਡਿਕਲੇਅਰ ਕੀਤੀ ਹੈ ਕਿ ਇਮੀਗ੍ਰੈਂਟਸ ਦੇ ਇਹ ਇਮੀਗ੍ਰੈਂਟਸ ਰਾਈਟਸ ਲਈ ਇਹ ਸੇਫ ਥਾਂ ਹੈਗੀ, ਇਹ ਜੋ ਰੂਲਿੰਗ ਕੈਲੀਫੋਰਨੀਆ 'ਚ ਹੋਈ ਹੈ ਇਹ ਕੈਲੀਫੋਰਨੀਆ ਦੀ ਸੈਂਕਚੁਅਰੀ ਸਟੇਟ ਦੀ ਰਾਈਟ ਨੂੰ ਮਤਲਬ ਪ੍ਰੋਟੈਕਟ ਕਰਦੀ ਹੈ, ਇਹਦਾ ਨਤੀਜਾ ਬਾਕੀ ਸਟੇਟਸ 'ਤੇ ਕੀ ਤੁਸੀਂ ਦੇਖ ਸਕਦੇ ਹੋ ਕਿ ਹੋਏਗਾ ਆਉਣ ਵਾਲੇ ਸਮੇਂ ਵਿੱਚ, ਕੋਈ ਇਹਦਾ ਇੰਪੈਕਟ ਬਾਕੀ ਸਟੇਟਸ ਵਿੱਚ ਜਿੱਦਾਂ ਨਿਊਯਾਰਕ ਤੁਸੀਂ ਕਿਹਾ ਇਹ ਵੀ ਇੱਕ ਸੈਂਕਚੁਰੀ ਜਗ੍ਹਾ ਬਣੀ ਹੋਈ ਹੈ, ਇਹ ਸਟੇਟਸ ਤੁਹਾਨੂੰ ਲੱਗਦਾ ਇਸ ਰੂਲਿੰਗ ਪਿੱਛੇ ਕੋਈ ਬੈਨੀਫਿਟ ਕਰਨਗੀ ਜਾਂ ਤੁਹਾਨੂੰ ਲੱਗਦਾ ਅੱਗੇ ਇਸ ਚੀਜ਼ ਨੂੰ US ਗਵਰਨਮੈਂਟ ਚੈਲੇਂਜ ਕਰੂਗੀ, ਲਾਈਕ ਹਾਊ ਵਿਲ ਦਿਸ ਪਲੇ ਆਊਟ ਮੂਵਿੰਗ ਫੋਰਵਰਡ? ਇਹਦਾ ਨਹੀਂ ਹੁਣ ਤਾਂ ਚੈਲੰਜ ਇਹਨੂੰ ਕੀ ਕਰਨਾ, ਇਹ ਤਾਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਕਰਤਾ, ਹਾਈਐਸਟ ਕੋਰਟ ਆ ਉਹ, ਤੇ ਇਹਨਾਂ ਨੇ ਚੈਲੰਜ ਕੀਤਾ ਹੀ ਇਸ ਗਰਾਊਂਡ ਤੇ ਸੀਗਾ ਕਿ ਜਿਹੜੀ ਫੈਡਰਲ ਗਵਰਨਮੈਂਟ ਆ ਉਹਦੀ ਡਿਊਟੀ ਆ ਇਮੀਗ੍ਰੇਸ਼ਨ ਲਾਅ ਨੂੰ ਇਨਫੋਰਸ ਕਰਨਾ ਤੇ ਸਟੇਟਾਂ ਦੀ ਡਿਊਟੀ ਹੈਗੀ ਆ ਕਿ ਉਹਨਾਂ ਨਾਲ ਕੋਆਪਰੇਟ ਕਰਨਾ, ਪਰ ਜਿਹੜੀ ਸਟੇਟ ਆ ਜਿਵੇਂ ਹੁਣ ਇਹਦਾ ਇੱਕ ਇੰਪੈਕਟ ਬਹੁਤ ਵੱਡਾ ਪੈਣਾ ਉਹ ਸਟੇਟਾਂ ਤੇ ਜਿਵੇਂ ਕੈਲੀਫੋਰਨੀਆ ਜਾਂ ਨਿਊਯਾਰਕ ਆ ਜਿਹੜੀਆਂ ਸਟੇਟਾਂ ਨੇ ਲੋਕਾਂ ਨੂੰ ਇਲੀਗਲ ਬੰਦਿਆਂ ਨੂੰ ਡਰਾਈਵਰ ਲਾਇਸੈਂਸ ਦਿੱਤੇ ਨੇ ਜਿਹੜੇ ਅਨਡਾਕੂਮੈਂਟਡ ਬੰਦੇ ਨੇ, ਉਹਨਾਂ ਨੂੰ ਕਈ ਸਟੇਟਾਂ ਨੇ ਜਿਵੇਂ ਕੈਲੀਫੋਰਨੀਆ ਹੋ ਗਈ, ਨਿਊਯਾਰਕ ਹੋ ਗਿਆ, ਇਹਨਾਂ ਨੇ ਜਿਹੜੇ ਹੈਗੇ ਡਰਾਈਵਰ ਲਾਇਸੈਂਸ ਦਿੱਤੇ ਆ ਵੀ ਆਪਣਾ ਲੋਕਲ ਉਹ ਜਿਹੜੀ ਹੈਗੀ ਡਰਾਈਵ ਕਰ ਸਕਦੇ ਆ। ਹੁਣ ਉਹਦੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹਨਾਂ ਸਟੇਟਾਂ ਨੂੰ ਕੋਈ ਲੋੜ ਨਹੀਂ ਹੈਗੀ ਫੈਡਰਲ ਗਵਰਨਮੈਂਟ ਤੱਕ ਜਾਂ ਆਈਸ ਨਾਲ ਸਾਂਝੀ ਕਰਨ ਦੀ ਵੀ ਇਹ ਕਿਹੜੇ ਕਿਹੜੇ ਅਨਡਾਕੂਮੈਂਟਡ ਬੰਦੇ ਨੂੰ ਡਰਾਈਵਰ ਲਾਇਸੈਂਸ ਦਿੱਤਾ ਗਿਆ, ਉਹਨਾਂ ਵਾਸਤੇ ਬੜੀ ਪ੍ਰੋਟੈਕਸ਼ਨ ਹੈ ਕਿਉਂਕਿ ਜੇ ਸੁਪਰੀਮ ਕੋਰਟ ਇਹ ਕੈਲੀਫੋਰਨੀਆ ਦੇ ਅਗੇਂਸਟ ਕਰ ਦਿੰਦੀ ਤਾਂ ਕੱਲ ਨੂੰ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਜਿੰਨੇ ਬੰਦਿਆਂ ਨੂੰ ਵੀ ਡਰਾਈਵਰ ਲਾਇਸੈਂਸ ਇਸ਼ੂ ਹੋਏ ਆ ਕੈਲੀਫੋਰਨੀਆ 'ਚ ਤੇ ਜਿਹੜੇ ਅਨਡਾਕੂਮੈਂਟਡ ਨੇ ਜਾਂ ਜਿਹੜੇ ਬੰਦੇ ਜੇਲ੍ਹਾਂ 'ਚ ਹੈਗੇ ਨੇ ਇੱਥੇ ਅਨਡਾਕੂਮੈਂਟਡ ਨੇ ਜਾਂ ਜਿਨ੍ਹਾਂ ਦੇ ਖਿਲਾਫ਼ ਛੋਟੇ ਮੋਟੇ ਵੀ ਈਵਨ ਜਿਵੇਂ ਕਿਸੇ ਦੇ ਖਿਲਾਫ਼ ਟ੍ਰੈਫਿਕ ਵਾਇਲੇਸ਼ਨ ਦਾ ਕੇਸ ਆ ਜਾਂ ਡਰੰਕ ਡਰਾਈਵਿੰਗ ਆ ਜਾਂ ਇੱਦਾਂ ਦੇ ਆ, ਉਹ ਉਹ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਆਈਸ ਨੂੰ ਦੇਣੀ ਪੈਣੀ ਸੀ ਉਹਨਾਂ ਨੂੰ ਕੈਲੀਫੋਰਨੀਆ ਸਟੇਟ ਨੂੰ, ਤੇ ਆਈਸ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਉਹ ਫੜਨ ਦਾ ਕੰਮ ਸ਼ੁਰੂ ਕਰ ਸਕਦੀ ਸੀ। ਜੀ ਸੋ ਇਸ ਗੱਲ ਦੇ ਨਾਲ ਉਹਨਾਂ ਨੂੰ ਕਾਫੀ ਵੱਡੀ ਪ੍ਰੋਟੈਕਸ਼ਨ ਮਿਲੀ ਆ। ਹੁਣ ਆਈਸ ਜਿਹੜੀ ਸਟੇਟ ਗਵਰਨਮੈਂਟ ਤੋਂ ਇਨਫੋਰਮੇਸ਼ਨ ਲੈ ਕੇ ਬੰਦਿਆਂ ਨੂੰ ਨਹੀਂ ਫੜ ਸਕਦੀ, ਉਹਨੂੰ ਹੁਣ ਆਪਣੇ ਤੌਰ ਤੇ ਫੜ ਤਾਂ ਅੱਜ ਵੀ ਸਕਦੀ ਆ ਉਹ, ਪਰ ਉਹਨੂੰ ਜਿਹੜੀ ਸਟੇਟ ਗਵਰਨਮੈਂਟ ਇਨਫੋਰਮੇਸ਼ਨ ਨਹੀਂ ਦਊਗੀ ਉਹ ਆਪਣੇ ਤੌਰ ਤੇ ਕਰੂਗੀ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜਾ ਕੋਈ ਅਨਡਾਕੂਮੈਂਟਡ ਆ ਜਾਂ ਜਿਹਦੇ ਖਿਲਾਫ਼ ਕੋਈ ਕ੍ਰਿਮੀਨਲ ਚਾਰਜਸ ਨੇ ਜਾਂ ਡੈਪੋਟੇਸ਼ਨ ਲੱਗੀ ਆ ਉਹਨੂੰ ਆਈਸ ਵਾਲੇ ਫੜ ਨਹੀਂ ਸਕਦੇ, ਇਹ ਨਹੀਂ ਆ ਮਤਲਬ ਆਈਸ ਵਾਲੇ ਆਪਣੇ ਤੌਰ ਤੇ ਫੜ ਸਕਦੇ ਆ, ਮਤਲਬ ਸਿਰਫ ਇਹ ਆ ਕਿ ਜਿਹੜੀ ਸਟੇਟ ਗਵਰਨਮੈਂਟ ਆ ਉਹ ਇਨਫੋਰਮੇਸ਼ਨ ਫੈਡਰਲ ਗਵਰਨਮੈਂਟ ਨਾਲ ਜਾਂ USCIS ਨਾਲ ਆਈਸ ਨਾਲ ਸ਼ੇਅਰ ਨਹੀਂ ਕਰੂਗੀ। ਜੀ ਇਹ ਆ ਜੀ ਐਂਡ ਇੱਥੇ ਇਹ ਆਈ ਥਿੰਕ ਸਭ ਤੋਂ ਵੱਡਾ ਪੁਆਇੰਟ ਇਹ ਬਣਦਾ ਹੈ ਕਿ ਹਰ ਇੱਕ ਸਟੇਟ ਵਿੱਚ ਵੱਖਰਾ ਸੈਟਅਪ ਹੈ, ਹਰ ਇੱਕ ਸਟੇਟ ਦੇ ਵੱਖਰੇ ਇਸ ਵੇਲੇ ਲਾਜ਼ ਹਨ ਇਸ ਚੀਜ਼ ਨੂੰ ਲੈ ਕੇ, ਜਿਸ ਤਰ੍ਹਾਂ ਤੁਸੀਂ ਕਿਹਾ ਨਿਊਯਾਰਕ ਕੈਲੀਫੋਰਨੀਆ ਦੇ ਲਾਜ਼ ਕਹਿੰਦੇ ਆ ਕਿ ਤੁਸੀਂ ਅਨਡਾਕੂਮੈਂਟਡ ਤੁਸੀਂ ਡਰਾਈਵਰਸ ਲਾਇਸੈਂਸ ਤੱਕ ਲੈ ਸਕਦੇ ਹੋ, ਬਾਕੀ ਸਟੇਟਸ ਵਿੱਚ ਵੱਖ ਵੱਖ ਸਟੇਟਸ ਵਿੱਚ ਇਸ ਤਰ੍ਹਾਂ ਦੀ ਚੀਜ਼ ਕਿਤੇ ਹੈ ਕਿਤੇ ਨਹੀਂ ਹੈਗੀ। ਬਟ ਇਹ ਜੋ ਰੂਲਿੰਗ ਹੈ ਇਨ ਸਟੇਟਸ ਲਈ ਜੋ ਸੈਂਕਚੁਅਰੀ ਆਪਣੇ ਆਪ ਨੂੰ ਕਹਿੰਦੇ ਆ ਇਮੀਗ੍ਰੈਂਟਸ ਦੇ ਹੱਕ ਲਈ ਇੱਕ ਸੇਫ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਲਈ ਬੜੀ ਵੱਡੀ ਵਿਨ ਹੈਗੀ। ਜਸਪ੍ਰੀਤ ਜੀ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਰਹਿ ਗਿਆ, ਬਟ ਹਮੇਸ਼ਾ ਮੈਂ ਤੁਹਾਡੇ ਤੋਂ ਇੱਕ ਪਰਸਨਲ ਤੌਰ 'ਤੇ ਤੁਹਾਡੇ ਓਪੀਨੀਅਨਸ ਪੁੱਛਦੀ ਹਾਂ ਵੱਖ ਵੱਖ ਨਿਊਜ਼ ਹੈਡਲਾਈਨਸ 'ਤੇ, ਅਤੇ ਇਸ ਪੂਰੇ ਹਫ਼ਤੇ ਆਫਕੋਰਸ ਜੋਰਜ ਫਲੋਇਡ ਅਤੇ ਹੋਰ ਪੁਲਿਸ ਨੂੰ ਲੈ ਕੇ ਕਾਫੀ ਖ਼ਬਰਾਂ ਨਿਊਜ਼ ਵਿੱਚ ਸੁਣਨ ਨੂੰ ਮਿਲ ਰਹੀਆਂ, ਅਤੇ ਇੱਕ ਚੀਜ਼ ਮੈਂ ਇੱਕ ਲੀਗਲ ਤੌਰ 'ਤੇ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਸੀ, ਜੋ ਇਹ ਸਾਨੂੰ ਨਿਊਜ਼ ਸੁਣਨ ਨੂੰ ਮਿਲ ਰਹੀ ਹੈ ਕਿ ਤੁਸੀਂ ਪੁਲਿਸ ਡਿਪਾਰਟਮੈਂਟਸ ਨੂੰ ਡੀਫੰਡ ਕਰ ਲਓ,
ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੈ ਕੁਝ ਹੋਏਗਾ ਜਾਂ ਇਹ ਸਿਰਫ ਲਾਈਕ ਹੈਡਲਾਈਨ ਬਣਾਉਣ ਲਈ ਇੱਕ ਮੰਗ ਹੈਗੀ ਪ੍ਰੋਟੈਸਟਰਸ ਦੀ, ਬਟ ਇਹਦੇ ਵਿੱਚ ਕੁਝ ਜ਼ਿਆਦਾ ਨਹੀਂ ਲੱਗਦਾ ਹੋਏਗਾ ਤੁਹਾਨੂੰ? ਮਿਨੀਐਪੋਲਿਸ ਵਿੱਚ ਕਹਿ ਤਾਂ ਰਹੇ ਹੈ ਕਿ ਉਹਨਾਂ ਨੇ ਡੀਫੰਡ ਕਰਨਾ ਹੈ ਆਪਣੇ ਪੁਲਿਸ ਡਿਪਾਰਟਮੈਂਟ ਨੂੰ, ਬਟ ਲੀਗਲ ਤੌਰ 'ਤੇ ਇਹ ਚੀਜ਼ ਹੋ ਵੀ ਸਕਦੀ ਹੈ? ਤੁਹਾਨੂੰ ਲੱਗਦਾ ਹੈ ਕੁਝ ਹੋਏਗਾ ਅੱਗੇ ਆਉਣ ਵਾਲੇ ਸਮੇਂ ਵਿੱਚ? ਇਹ ਡਿਪੈਂਡ ਕਰੇਗਾ ਜੀ ਸਿਟੀ ਟੂ ਸਿਟੀ, ਕਿਉਂਕਿ ਜਿਹੜੀ ਹਰੇਕ ਸਿਟੀ ਹੈ ਜਾਂ ਹਰੇਕ ਸਟੇਟ ਆ ਉਹਦਾ ਆਪੋ ਆਪਣਾ ਹਿਸਾਬ ਆ। ਸੋ ਆਮ ਤੌਰ ਤੇ ਪੁਲਿਸ ਜਿਹੜੀ ਆ ਉਹ ਵੈਸੇ ਸਿਟੀ ਦੇ ਮੇਅਰ ਦੇ ਅੰਡਰ ਹੁੰਦੀ ਹੈ, ਜਿਵੇਂ ਹੁਣ ਨਿਊਯਾਰਕ ਦੀ ਜਿਹੜੀ ਪੁਲਿਸ ਆ ਉਹ ਇਥੋਂ ਦੇ ਮੇਅਰ ਦੇ ਨਾਲ ਸੰਬੰਧ ਆ ਉਹਦਾ। ਜੀ ਤੇ ਜਿਹੜੀ ਸਟੇਟ ਗਵਰਨਮੈਂਟ ਹੈਗਾ ਉਹਦੇ 'ਚ ਵੀ ਜਿਹੜੀ ਸਟੇਟ ਪੁਲਿਸ ਆ ਉਹਦੇ ਅੰਡਰ ਆਉਂਦੀ ਆ, ਤੇ ਇੱਕ ਇੱਥੇ ਮਤਲਬ ਕਾਉਂਟੀ ਦੇ ਵੀ ਹੁੰਦੇ ਆ ਪੁਲਿਸ ਵਾਲੇ ਜਾਂ ਕਾਉਂਟੀ ਦੇ ਜ਼ਿਲ੍ਹਾ ਹੁੰਦੀਆਂ ਨੇ। ਤੋ ਇਹਦੇ 'ਚ ਇਸ ਤਰ੍ਹਾਂ ਹੈਗਾ ਕਿ ਡੀਫੰਡ ਦਾ ਮਤਲਬ ਇਹ ਨਹੀਂ ਹੈਗਾ ਕਿ ਇਹਨਾਂ ਨੇ ਪੁਲਿਸ ਬੰਦ ਹੀ ਕਰ ਦੇਣੀ ਆ ਕਿ ਜਿਹੜੀ ਪੁਲਿਸ ਡਿਸਬੈਂਡ ਹੋ ਜਾਏਗੀ, ਇਸ ਤਰ੍ਹਾਂ ਨਹੀਂ ਹੁੰਦਾ ਕਦੇ ਵੀ। ਉਹਦਾ ਮਤਲਬ ਇਹ ਹੈਗਾ ਕਿ ਜਿਹੜੇ ਮਤਲਬ ਪੁਲਿਸ ਨੂੰ ਜਿਵੇਂ ਇਹਨਾਂ ਨੂੰ ਕਈ ਜਿਹੜੇ ਆਫੀਸਰ ਹੈਗੇ ਨੇ ਜਿਹੜੇ ਰੇਸਿਸ ਨੇ, ਜਿਹੜੇ ਕਿ ਬੜੇ ਥੋੜੇ ਆ, ਜ਼ਿਆਦਾ ਜਿਹੜੇ ਪੁਲਿਸ ਦੇ ਆਫੀਸਰ ਨੇ ਉਹ ਬੜੇ ਚੰਗੇ ਨੇ, ਚਾਹੇ ਉਹ ਰੇਸਿਸ ਨਹੀਂ ਹੈਗੇ, ਉਹ ਬੜੀ ਹੈਲਪ ਕਰਦੇ ਆ। ਆਪਾਂ ਨੂੰ ਪਤਾ ਹੀ, ਆਪਾਂ ਰੋਜ਼ ਇੱਥੇ ਬਾਹਰ ਜਿਹੜਾ ਸਾਰੇ ਜਿਹੜੇ ਅਮਰੀਕਾ 'ਚ ਰਹਿ ਰਹੇ ਉਹ ਦੇਖਦੇ ਹੀ ਆ ਕਿ ਪੁਲਿਸ ਜਿਹੜੀ ਆ ਉਹ ਬਹੁਤ ਹੈਲਪਫੁਲ ਆ, ਤੇ ਤੁਸੀਂ ਜਦੋਂ ਵੀ 911 ਨੂੰ ਕਾਲ ਕਰਾਉਂਦੇ ਆ ਹੈਲਪ ਕਰਦੇ ਆ। ਪਰ ਥੋੜੇ ਜਿਹੇ ਆਫੀਸਰ ਹੈਗੇ ਜਿਹੜੇ ਇਸ ਕਿਸਮ ਦੇ ਰੇਸਿਸਟ ਨੇ, ਤੇ ਕੁਛ ਜਿਹੜਾ ਅਫਰੀਕਨ ਅਮਰੀਕਨ ਕਮਿਊਨਿਟੀ ਨੂੰ ਮਤਲਬ ਸ਼ੁਰੂ ਤੋਂ ਕਿਉਂਕਿ ਉਹ ਟਾਰਗੇਟ ਹੁੰਦੇ ਰਹੇ ਆ, ਉਹਨਾਂ ਨੂੰ ਇਸ ਗੱਲ ਦਾ ਗੁੱਸਾ ਵੀ ਹੈਗਾ ਵੀ ਸਾਨੂੰ ਟਾਰਗੇਟ ਕੀਤਾ ਜਾਂਦਾ, ਤੇ ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਥੋੜੀ ਜਿਹੀ ਡਿਫਰੈਂਟ ਆ। ਜਿਹੜੇ ਦੂਜੇ ਨੇ ਜਿਵੇਂ ਆਪਾਂ ਹੁਣ ਹੋ ਗਏ ਜਿਹੜੇ ਆਪਾਂ ਉੱਥੇ ਇੰਡੀਆ ਤੋਂ ਆਏ ਆ, ਜਾਂ ਭਲੇ ਕਹਿ ਲਓ ਵੀ ਜਿਹੜੇ ਆਪਾਂ ਏਸ਼ੀਅਨਸ ਆ, ਇਹਨਾਂ ਨੂੰ ਦੇ ਨਾਲ ਪੁਲਿਸ ਦੀ ਕੋਈ ਇੰਨੀ ਪ੍ਰੋਬਲਮ ਨਹੀਂ ਹੈਗੀ ਵੀ ਇੱਥੇ ਕਿਸੇ ਬੰਦੇ ਨੂੰ ਇਦਾਂ ਪੁਲਿਸ ਨੇ ਮਤਲਬ ਤੰਗ ਕੀਤਾ ਹੋਵੇ ਜਾਂ ਉਹਦੀ ਗਰਦਨ ਤੇ ਗੋਟਾ ਰੱਖਿਆ ਹੋਵੇ ਜਾਂ ਉਹਨੂੰ ਮਤਲਬ ਫਿਜ਼ੀਕਲੀ ਕੁੱਟਿਆ ਮਾਰਿਆ ਹੋਵੇ। ਇਹ ਇਹ ਸਾਡੀ ਕਮਿਊਨਿਟੀ ਜਾਂ ਮਤਲਬ ਕਿਸੇ ਹੋਰ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਨੇ ਉਹਨਾਂ ਦੇ ਨਾਲ ਇਹ ਹੈ ਨਹੀਂ। ਆਈਸ ਆ ਜ਼ਰੂਰ ਹੋਊਗਾ ਕਿ ਆਪਾਂ ਇਹ ਆਮ ਸੁਣਦੇ ਹਾਂ ਵੀ ਜਿਹੜੀ ਇਮੀਗ੍ਰੇਸ਼ਨ ਇਨਫੋਰਸਮੈਂਟ ਆ ਆਈਸ ਆ ਉਹ ਕਰਦੀ ਹੈ ਜਾਂ ਧੱਕਾ ਕਰਦੀ ਹੈ, ਪੁਲਿਸ ਦਾ ਕੋਈ ਨਹੀਂ ਹੈਗਾ ਜੀ। ਤੇ ਪਰ ਇਹਦੇ ਬਾਰੇ ਇਹ ਆ ਕਿ ਇਹ ਇਸ ਗੱਲ ਦਾ ਰੌਲਾ ਜ਼ਿਆਦਾ ਤੇ ਇਹ ਇੰਨਾ ਜ਼ਿਆਦਾ ਨਹੀਂ ਹੋਣਾ, ਕਿਉਂਕਿ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਵੀ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਇੱਕ, ਤੇ ਉਹਦਾ ਹੁਣ ਮਤਲਬ ਡੀਫੰਡਿੰਗ ਇਦਾਂ ਨਹੀਂ ਹੋਏਗੀ ਜਿਵੇਂ ਇਹਨੂੰ ਮਤਲਬ ਪ੍ਰਚਾਰ ਕੀਤਾ ਜਾ ਰਿਹਾ ਵੀ ਕਿਤੇ ਪੁਲਿਸ ਹੀ ਬੰਦ ਕਰ ਦੇਣੀ ਹੈ, ਇਹ ਨਹੀਂ ਹੈਗੀ ਸਿਚੁਏਸ਼ਨ, ਉਹ ਕਿਸੇ ਨੇ ਨਹੀਂ ਕਰਨੀ, ਨਾ ਹੋ ਹੀ ਸਕਦੀ ਆ। ਉਹ ਸਿਰਫ ਇਹ ਹੈਗਾ ਕਿ ਜਿਹੜੀਆਂ ਪੁਲਿਸ ਦੀਆਂ ਦੇ ਵਿੱਚ ਜਿਵੇਂ ਅੱਗੇ ਸੀਗਾ ਕਿ ਜੇ ਕਿਸੇ ਆਫੀਸਰ ਦੇ ਖਿਲਾਫ ਕੰਪਲੇਂਟਾਂ ਹੈਗੀਆਂ ਉਹਨੂੰ ਇਹ ਮਤਲਬ ਪਬਲਿਕ ਨਹੀਂ ਸੀ ਕਰਦੇ, ਦੱਸਦੇ ਨਹੀਂ ਸੀਗੇ ਕਿ ਇਸ ਮਤਲਬ ਆਫੀਸਰ ਦਾ ਕੀ ਕੰਡਕਟ ਆ। ਉਹ ਹੁਣ ਕਾਫੀ ਜ਼ਿਆਦਾ ਜਿਹੜੀਆਂ ਸਟੇਟਾਂ ਹੈਗੀਆਂ ਜਾਂ ਸਿਟੀਜ਼ ਕਰਨ ਲੱਗ ਗਈਆਂ ਵੀ ਇਹਦਾ ਜਿਹੜਾ ਰੈਕਰਡ ਪਬਲਿਕ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਆਫੀਸਰ ਨੇ ਕਿੰਨੇ ਕੁ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਮਤਲਬ ਕੀਤੀ ਆ ਜਾਂ ਕਿੱਦਾਂ ਦੇ ਹਾਈ ਹੈਂਡਡਨੈਸ ਹੈਗੀ ਆ। ਪਰ ਓਵਰਆਲ ਜਿਹੜਾ ਹੈਗਾ ਉਹ ਹਰੇਕ ਥਾਂ ਤੇ ਨਹੀਂ ਹੋਊਗਾ ਦਾ ਇੰਪੈਕਟ, ਇਹ ਮਤਲਬ ਸਿਟੀ ਟੂ ਸਿਟੀ ਤੇ ਸਟੇਟ ਟੂ ਸਟੇਟ ਹੋਊਗਾ। ਜੀ 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 ਜਸਪ੍ਰੀਤ ਸਿੰਘ ਅਟਾਰਨੀ ਐਟ ਲਾ, ਤੁਸੀਂ ਸਾਡੇ ਨਾਲ ਇੱਕ ਵਾਰੀ ਫਿਰ ਜੁੜੇ, ਲਗਾਤਾਰ ਤੁਸੀਂ ਸਾਡੇ ਨਾਲ ਜੁੜਦੇ ਹੋ ਐਵਰੀ ਟਿਊਜ਼ਡੇ 7:30 PM ਈਸਟਰਨ, ਤੇ ਇਹ ਪ੍ਰੋਗਰਾਮ ਰਿਪੀਟ ਵੀ ਹੋਏਗਾ ਸ਼ਾਮ ਨੂੰ 8:30 PM ਪੈਸੀਫਿਕ ਤੇ 9:30 PM ਪੈਸੀਫਿਕ ਤੇ 12:30 PM ਈਸਟਰਨ ਦਿਸ ਈਵਨਿੰਗ। ਅਗਰ ਕਿਸੇ ਨੇ ਪ੍ਰੋਗਰਾਮ ਮਿਸ ਕਰਤਾ ਹੈ, ਤੁਹਾਡੀ ਸਾਰੀ ਕੰਟੈਕਟ ਇਨਫੋਰਮੇਸ਼ਨ ਸਕਰੀਨ ਤੇ ਲਿਖੀ ਹੋਈ ਹੈ, ਕੋਈ ਤੁਹਾਡੇ ਨਾਲ ਡਾਇਰੈਕਟਲੀ ਸੰਪਰਕ ਕਰਨਾ ਚਾਹੁੰਦਾ ਭਾਵੇਂ ਵੈਸਟ ਕੋਸਟ ਜਾਂ ਈਸਟ ਕੋਸਟ, ਤੁਹਾਡੇ ਆਫਿਸਿਸ ਹਰ ਥਾਂ ਤੇ ਹੈਗੇ। ਜਸਪ੍ਰੀਤ ਜੀ, ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਅਸ, ਇਸੇ ਤਰ੍ਹਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਹਫਤੇ। ਸਤਿ ਸ਼੍ਰੀ ਅਕਾਲ। ਬਾਕੀ ਵਿਊਰਸ, ਮੈਂ ਦੱਸਣਾ ਚਾਹੁੰਦੀ, ਤੁਸੀਂ ਹਮੇਸ਼ਾ ਸਾਨੂੰ ਲਿਖ ਸਕਦੇ ਹੋ ਤੁਹਾਡੇ ਕੋਈ ਵੀ ਕੁਐਸਚਨਸ ਇਸ ਟੌਪਿਕ ਨੂੰ ਲੈ ਕੇ ਸਾਡੇ ਲਈ, ਜਸਪ੍ਰੀਤ ਜੀ ਲਈ ਜਾਂ ਹੋਰ ਕੋਈ ਲੀਗਲ ਐਡਵਾਈਸ ਲਈ, ਤੁਸੀਂ ਜ਼ਰੂਰ ਲਿਖੋ ਸਾਨੂੰ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।